ਨੇ ਤੂੰ ਕਿਹਨੂੰ ਪੁੱਛ ਕੇ ਅੰਦਰ ਆਈਆਂ ਬੁੱਢੜੀਏ ਇਸ ਘਰ ਦੀ ਮਾਲਕਣ ਮੈਂ ਆ ਤੂੰ ਹੁੰਦੀ ਕੋਣ ਆ ਮੈਨੂੰ ਕੱਢਣ ਵਾਲੀ ਇਸ ਘਰ ਦੀ ਮਾਲਕਣ ਮੈਂ ਆ ਹੁਣ ਇਸ ਘਰ ਦੀ ਮਾਲਕਣ ਮੈਂ ਆ ਨਿਕਲ ਇੱਥੋਂ ਤੂੰ ਨਿਕਲ ਇੱਥੋਂ ਵਾਕਰੂ 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 ਇਹ ਤਾਂ ਸੁਪਨਾ ਹੀ ਸੀ ਮੇਰੀ ਤਾਂ ਜਾਨ ਹੀ ਕੱਢਤੀ ਓਹੋ बेबे घबराई जी बैठी की हो गया तो पूछना पुत बड़ा ही भेड़ा सपना आया सी बेबे सपने कई बार सच भी हो जाते ने सवाह हो जाते सच ये तो मन दे बहम ने वैसे बेबे सपना आया की सी तेनू मैं तेनू नहीं दस दी तू तो सच ही करके रख दोगे ओ बेबे माँ बाप नूं होर फिर चाहीदा भी की है जे लास्ट सपने सच कर देवे बेबे तू एक बार दस दे बस मैनू तेरा सपना मैं सच करके ही रहूंगा बे होर थोड़े तो आस भी की है मैनू माड़े सुपने सच करोगे चल ना दस बेबे तेरी मर्जी है हेलो अच्छा अच्छा चल कोई नहीं फिर सानू कड़ा रस्तियां दा घाटा है की होया बेबे मैं तेरी भूआ सी जेड़ी कुड़ी दा रस्ता तैनू कराउंदी सी ओदा किते होर पक्का करता ले फिर इस तो होर बड़ी खुशी वाली खबर की हो सकती है ओए आपा भी तानू जवाब ही देना सी बे अपने की पुठे देना आई सी बे आपा जवाब देंदे रंग ही काला सी कल्ली कुड़ी सी देन लैन बथेरा देंदे ओए देन लैन नु की बेबे नाल लेके मरेंगी आपा बस कुड़ी सोहनी लैनी आ मैनू नहीं लोड़ देन लैन दी ओ लगदा बेबे मनाली बे मैं कदे वास्ते मनना सी ओए दे ब्याह ली ਲੈ ਮੈਂ ਕਦੋਂ ਕਹਿੰਦੀ ਆ ਮੇਰੇ ਪੁੱਤ ਦਾ ਘਰ ਨਾ ਵਸੇ ਉਹ ਲੈ ਮੈਂ ਤਾਂ ਹੈਰਾਨ ਆ ਇਹਨੇ ਜੇ ਬੇਬੇ ਨੂੰ ਕੀ ਸੰਗਾਤਾ ਇਹਨੇ ਪਿਆਰ ਨਾਲ ਗੱਲ ਕਰਦੇ ਬੇਬੇ ਅੱਜ ਮੈਂ ਤੂੰ ਵੀ ਕਮਲਾ ਹੀ ਐ ਮੈਨੂੰ ਇਹ ਜਿਹਾ ਕੀ ਸੰਗਾਉਣਾਗਾ ਮੇਰੇ ਵੀ ਤੇ ਜੀ ਕਰਦਾ ਵੀ ਮੈਂ ਆਪਦੀ ਨੂੰਹ ਤੋਂ ਨਹੀਂ ਪਾਣੀ ਵਾਰ ਕੇ ਪੀਵਾਂ ਰੱਬ ਇਹ ਤਾਂ ਛੇਤੀ ਲਿਆਵੇ ਉਹ ਲੈ ਬੇਬੇ ਦਾ ਸਾਡੀ ਹਿੰਮਤ ਆ ਤੂੰ ਕਹਿਦਾ ਸੀ ਇਸ ਤੱਕ ਕੱਲ ਨੂੰ ਲਿਆਵਾਂਗੇ ਨਾਲ ਇੱਕ ਸੱਡ ਦੋ ਲੈ ਕੇ ਆਵਾਂਗੇ ਵੀ ਕੱਲ ਨੂੰ ਲਿਆਉਣ ਨੂੰ ਕੀ ਕੁੜੀਆਂ ਦੀ ਮੱਡੀ ਲੱਗਦੀ ਐ ਵੀ ਲੈ ਆਉਂਗੇ ਲੱਗਦਾ ਬੇਬੇ ਨੇ ਸਮਝਾਇਆ ਨਹੀਂ ਤੈਨੂੰ ਉਹ ਮੈਂ ਕੀ ਸਮਝਾਉਣਾ ਸੀ ਬੇਬੇ ਨੂੰ ਬੇਬੇ ਕਿਹੜਾ ਸਮਝਦੀ ਹੈ ਕਿੰਨੀ ਵਾਰ ਤਾਂ ਦੱਸਿਆ ਇਹਨੂੰ ਉਹ ਬੇਬੇ ਮੰਨ ਜਾ ਤੂੰ ਕਿਉਂ ਜਿੱਤ ਫੜੀ ਬੈਠੀ ਆ ਵੀ ਕੀ ਮੰਨ ਜਾ ਕੀ ਬੇਰਾ ਤਾਈਆਂ ਪਾਈ ਜਾਂਦੇ ਹੋਗੇ ਕਦੇ ਕਹਿੰਦੇ ਮੰਨ ਗਈ ਬੇਬੇ ਕਦੇ ਕਹਿੰਦੇ ਮੰਨੀ ਨਹੀਂ ਸਾਫ਼ ਸਾਫ਼ ਦੱਸੋ ਗੱਲ ਕੀ ਹੈ ਵਿੱਚੋਂ ਬੇਬੇ ਕੀ ਦੱਸੀਏ ਤੈਨੂੰ ਸਾਫ਼ ਸਾਫ਼ ਤੂੰ ਸੁਣਦੀ ਬਾਅਦ ਚ ਗਾਲਾਂ ਪਹਿਲਾਂ ਕੱਢਣੀਆਂ ਸ਼ੁਰੂ ਕਰ ਦਿੰਨੀ ਆ ਐ ਤੱਕ ਕਿ ਤੂੰ ਉਸ ਦਿਨ ਮਜ਼ਾਕ ਕਰਦੇ ਹੋ ਤੂੰ ਤਾਂ ਸੱਚੋਂ ਲੱਗੇ ਫਿਰਦੇ ਹੋ ਉਹਨਾਂ ਦੇ ਮਗਰ ਹੈ ਨਾਲੇ ਉਹ ਕਦੋਂ ਦੇ ਗਏ ਨੇ ਉਹ ਤੁਹਾਨੂੰ ਕਿੱਥੇ ਮਿਲ ਗਿਆ ਬੇਬੇ ਜਦ ਅਸੀਂ ਭੂਆ ਲਵੇ ਗਏ ਸੀ ਨਾ ਉਦੋਂ ਹੀ ਮਿਲੇ ਸਾਨੂੰ ਰਸਤੇ 'ਚ ਆਹ ਸੁੱਖੇ ਵਾਲੇ ਪਿੰਡ ਆ ਨਾ ਭੂਆ ਦੇ ਪਿੰਡ ਲਵੇ ਉੱਥੇ ਰਹਿੰਦੇ ਨੇ ਉਹ ਅੱਛਾ ਅੱਛਾ ਤਾਈਓਂ ਟਾਈਮ ਲਾਤਾ ਸੀ ਇੰਨਾ ਬੇ ਸ਼ਰਮ ਕਰ ਲੈ ਸ਼ਰਮ ਆਪ ਤਾਂ ਤੂੰ ਵਿਗੜਿਆ ਹੋਇਆ ਨਾਲ ਮੇਰਾ ਵੀ ਮੁੰਡਾ ਵਿਗਾੜਤਾ ਉਹ ਬੇਬੇ ਵਿਗਾੜ ਨੂੰ ਮੈਂ ਕਿੰਨੇ ਆਣਾ ਮੈਨੂੰ ਉਹਦਾ ਕੁਝ ਪਤਾ ਨਹੀਂ ਨਾਲੇ ਜੇ ਮੈਂ ਨਿੰਮ ਨਾਲ ਵਿਆਹ ਕਰਾ ਵੀ ਲਾਉਂਗਾ ਫਿਰ ਕੀ ਹੋ ਜਾਊਗਾ ਆਪਾਂ ਭੂਆ ਦੇ ਕਹੇ ਤੋਂ ਵੀ ਤਾਂ ਕਾਲੀ ਗਲੂਟੀ ਲਾਉਣ ਨੂੰ ਫਿਰਦੀ ਸੀ ਨਿੰਮੋ ਸੋਹਣੀ ਸੁਨੱਖੀ ਆ ਬੇ ਰੰਗ ਹੀ ਕਾਲਾ ਸੀ ਘਰਾਣੇ ਦੀ ਤਾਂ ਹੈਗੀ ਸੀ ਤੂੰ ਤਾਂ ਹੱਦੀ ਟਪਾਤੀ ਗੱਡੀਆਂ ਹੀ ਲਿਆਉਣ ਨੂੰ ਫਿਰਦੇ ਹੋ ਬੇਬੇ ਤੈਨੂੰ ਨਿੰਮੋ ਦੇ ਜਾਤ ਗੋਤ ਤੋਂ ਪ੍ਰੋਬਲਮ ਨਹੀਂ ਹੈਗੀ ਤੈਨੂੰ ਤਾਂ ਬਸ ਦਾਤ ਚਾਹੀਦਾ ਤੈਨੂੰ ਪਤਾ ਵੀ ਉਹਨੇ ਕੁਝ ਲਿਆਉਣਾ ਨਹੀਂ ਹੈਗਾ ਤੈਨੂੰ ਪੜਾਉਣ ਲਿਖਾਉਣ ਦਾ ਕੀ ਫਾਇਦਾ ਜੇ ਤੂੰ ਗੱਡੀਆਂ ਵਾਲੀ ਨਾਲ ਵਿਆਹ ਕਰਾਉਣਾ ਸੀਗਾ ਮੇਰੀ ਗੱਲ ਲੱਗੇ ਚਾਹੇ ਕੌੜੀ ਚਾਹੇ ਲੱਗੇ ਮਿੱਠੀ ਕੁੜੀ ਤੈਨੂੰ ਖਾਨਦਾਨ ਹੀ ਲੱਭ ਕੇ ਦੇਊਂਗੀ ਜਿਹੜੇ ਚਾਰ ਛੇਲੜ ਦੇਣ ਜੋਗੇ ਤਾਂ ਹੋਣ ਤੇਰੀ ਪੜ੍ਹਾਈ ਦਾ ਮੁੱਲ ਵੀ ਤਾਂ ਲੈਣਾ ਹੈ ਬੇਬੇ ਫਿਰ ਤਾਂ ਮੈਨੂੰ ਪੜਾਉਣਾ ਹੀ ਨਹੀਂ ਸੀ ਜੇ ਤੂੰ ਪੜ੍ਹਾਈ ਦਾ ਮੁੱਲ ਹੈ ਕੁੜੀ ਵਾਲੇ ਤੋਂ ਲੈਣ ਨੂੰ ਫਿਰਦੀ ਆ ਲੈ ਲੈਣਾ ਨਹੀਂ ਸਾਰੀ ਲੈਂਦੇ ਨੇ ਦੱਸ ਕਿੰਨੇ ਬਿਨਾਂ ਦਾਜ ਤੋਂ ਵਿਆਹ ਹੈ ਮੁੰਡਾ ਉਹ ਬੇਬੇ ਤੂੰ ਦਾਜ ਦੇ ਲਾਲਚ ਨਾ ਮੁੰਡਾ ਨੱਕ ਦੇ ਕਬਾਰਾ ਰੱਖ ਕੇ ਬਹਿ ਜੀ ਆਪਦਾ ਲੈ ਮੇਰੇ ਮੁੰਡੇ ਨੂੰ ਰਿਸ਼ਤੇ ਦਾ ਘਾਟਾ ਹੈ ਉਹ ਘਾਟਾ ਹੀ ਆ ਬੇਬੇ ਰਿਸ਼ਤੇ ਵਾਲਾ ਆਉਂਦਾ ਵੀ ਕਿਹੜਾ ਤੇਰੀ ਮੰਗ ਸੁਣ ਕੇ ਅਗਲਾ ਪਹਿਲੀ ਭੱਜ ਜਾਂਦਾ ਜਿਹਦੇ ਸੰਯੋਗ ਹੋਏ ਨਾ ਉਹ ਆਪੇ ਆ ਜੂ ਨਾਲੇ ਜਦੋਂ ਕੋਈ ਵਧੀਆ ਰਸਤਾ ਟੱਕਰ ਗਿਆ ਘਰ ਭਰ ਦੇਣਗੇ ਅਗਲੇ ਘਰ ਤਾਂ ਭਰ ਦੇਣਗੇ ਪਰ ਦਾਜ ਵਾਲੀ ਕੰਮ ਨਹੀਂ ਕਰਕੇ ਦਿੰਦੀ ਤੈਨੂੰ ਹੀ ਨੌਕਰਾਨੀ ਬਣਾ ਕੇ ਰੱਖੂਗੀ ਕੋਈ ਨਾ ਕੰਮ ਦਾ ਫਿਕਰ ਨਾ ਕਰ ਕੰਮ ਤਾਂ ਮੈਂ ਆਪੇ ਕਰ ਲਿਆ ਕਰੂੰ ਹਜੇ ਹੱਡ ਗੋਡੇ ਚੱਲਦੇ ਆ ਮੇਰੇ ਉਹ ਮੰਨਦਾ ਬੇਬੇ ਹਲੇ ਤੇਰੇ ਹੱਡ ਗੋਡੇ ਚੱਲਦੇ ਨੇ ਪਰ ਕਦੇ ਨਾ ਕਦੇ ਸਰੀਰ ਖੜਦਾ ਹੀ ਆ ਫਿਰ ਤਾਂ ਨੂੰ ਦੀ ਸੇਵਾ ਦੀ ਲੋੜ ਪਊਗੀ ਉਹ ਮੇਰੀ ਕੋਈ ਸੇਵਾ ਕਰੇ ਚਾਹੇ ਨਾ ਕਰੇ ਪਰ ਗੱਡੀਆਂ ਵਾਲੀ ਤਾਂ ਮੈਂ ਇੱਥੇ ਵਿਹੜੇ 'ਚ ਕੀ ਮੈਂ ਬਾਰ ਮੂਰ ਤੇ ਮੇਰੀ ਲੰਘਣ ਦਿੰਦੀ
निमो तेरे ब्याह च रोज एक दिन घटता जा रहा है, जो सरदार तेन ना लेके गया तो फिर की करेंगी तू? मैं मर जूंगी पर कितने होर ब्याह नहीं करवाऊंगी। तो जो तेरा रोका होया सी तू उदो ही जवाब दे देना सी कि मैं हजे ब्याह नहीं करवाना। मैनू पता ही कितने सी, मैनू तो उदो पता लग्या जब मुंडे ने मेरे नाल लेके बिठाता। जे ब्याह भी एवें हो गया फिर ब्याह के इतों निमो ही जाऊगी पर उत्थे निमो की लाश पहुंचूगी। अच्छा तू खुदकुशी करन नू फिरदी है? फिर मेरे को बचूगा की जिंदगी जीवन लई? छे में सरदार दी ना हो सकी ना, मैं किसी दे नहीं होना, इसलिए मैं सरफा साम के रखी हुई है। ना ना अड़िए तू ये जा काम ना करी, इस तो चंगा तू ब्याह तो पहले किते चली जा। मैं किते होर नहीं जाना, जे जाऊंगी ते सरदार नाल। मैनू तो ऐसी कि प्यार करन तो बाद खुशियां ही खुशियां मिलदियां ने, पर प्यार करन तो बाद तो मुश्किलां ही बहुत आंदियां ने जिंदगी च। प्रीतो प्यार करना तो सौखा पर इन्हें निभाउण लई ना सिर धरती बाजी लानी पैंदी है। मैनू तो तेरी गल सुन के ही डर लगन लग गया, मैं तो नहीं पैंदी प्यार दे चक्करां च। अच्छा जड़े वो सरदार दे नाल दे सरदार नू चक्करां च पाता उदा की बनूगा? जो मर्जी बने, मैं तो हुण उहनू सीधा जवाब दे दूं जदों मैनू मिलूगा। मैनू तो बहुत डर लगदा है। इतो तेनू दे नाल प्यार होया ही नहीं सी, जे तेनू दे नाल प्यार होया हुंदा ना तां तेनू डर नहीं लगना सी, तेनू मौत भी छोटी लगनी सी। अड़िए तेनू तो सूट भी बहुत लैके दिंदा होणा सरदार। मैं सूटां नू नहीं सरदार नू प्यार करदी हां, मैं नहीं कभी उस तो कुछ मंगया सिवाय प्यार दे। पर मैं तो सरदार तो मंग लिया सी सूट। अच्छा फिर की कहंदा वो? सूट तो नहीं लैके दिते उन्हें पर हाँ 2000 का नोट फड़ा गया सी जांदा होया, नाले कहंदा मेरी जान तेनू सूटां दा घट है। फिर तू पैसे फड़ ले। हाँ फिर जदों दे रहा सी तो लैने ही सी। पागल एवें नहीं लेते होंगे किसी तो पैसे। ले मैं कहड़ा उतो मंगे सी, उन्हें आपे ही देते सी, मैं तो सूट मंगया सी। अच्छा एक गल दस, तूनू प्यार भी करती है जां सुट्टा पिछे गल करती है? प्यार का तो मैनू पता नहीं पर हाँ मैनू सरदार नाल ब्याह कराउण दा बहुत चाव है। जे तेनू उहदे नाल प्यार नहीं ना ते अपने चावां ते काबू रख, किते तेनू तेरे चाह महंगे ना पै जाण। यार बेबे तां मंदी नहीं की करां मैं, जे निम्मो नूं कोई होर ब्याह के लै गया मैं तां जिउंदे जीओ मर जूंगा। यार फिर तो यार इक्को हल आ, लैके भज्जा उहनूं। यार कित्थे भज्जा लैके, ना निम्मो दे घर दे मंदे ने ना बेबे ही मंदी आ, करां तां की करां मैं। उह फिर सड खड़ा यार निम्मो दा, बेबे आपे लिया दूगी दाज वाली। तैनूं की लगदा मैं निम्मो नूं भुल जूंगा? होर करें की यार, होर रस्ता भी नहीं गा तेरे कोले। यार तूं किवें ना किवें करके बेबे नूं मना ला, की पता तेरी मन नहीं लवे। यार तूं भुल जा निम्मो नूं, बेबे नहीं जाऊंदे जी मन देंगे। तेरा की मतलब फिर हूँ बेबे नूं मारदा? इस च फिर किड्डी गल आ यार, प्यार च बंदा पागल होया ना कुछ भी कर सकदा गा। मैनू तां ऐ सी तू कोई मेरी हैल्प करेगा पर तेरे नाल गल करन दा कोई फायदा ही नहीं। इक स्कीम हैगी मेरे कोल, जे तू मन्नेगा मेरी स्कीम नूं। जे कोई चज दी गल आ तां करी भकाई ना मारी। ओ यार गल तां चज दी आ, जे तू मन्नेगा देख तू निम्मो बिना रह तां सकदा नहीं, इह तां गल पक्की आ। हाँ इह तां यार है ही, मेरी गल मन जिथे तां ब्याह कर देना तां कर देना, कर लैण दे, मैं तैनूं आप अमला लैके करूँगा जा के रात नूं साइकिल ते, नाले तक निम्मो दे घर दे खुश, नाले तू ते निम्मो खुश, नाले अपनी बेबे खुश। ओए तू आ मुक्ति सलाह दे कोले ही रख। ओ लै तैनूं मुक्ति लगदी आ, लोकां नूं पैसे सलाह दिंदा गा, तू मेरा यार दोस्त आ तैनूं मुफ्त सलाह देती मैं। मैनूं नहीं लोड़ तेरी सलाहां दी, तू आपदे कोले ही रख्या कर दे सलाहां। ਮੈਂ ਅੱਜ ਤੇਰੇ ਸਹੁਰੀ ਜਾ ਕੇ ਆਇਆ, ਬਹੁਤ ਵਧੀਆ ਬੰਦੇ ਨੇ, ਉਹ ਤੈਨੂੰ ਪੂਰਾ ਖੁਸ਼ ਰੱਖਣਗੇ। ਬਾਪੂ ਮੈਂ ਨਹੀਂ ਕਰਾਉਣਾ ਕੋਈ ਵਿਆਹ, ਮੇਰੀ ਜਗ੍ਹਾ ਨਾ ਤੂੰ ਪ੍ਰੀਤੋ ਨੂੰ ਤੋਰ ਦੇ। ਉਹ ਤੈਨੂੰ ਸਗਨ ਪਾ ਕੇ ਗਏ ਨੇ, ਪ੍ਰੀਤੋ ਨੂੰ ਨਹੀਂ, ਨਾਲੇ ਪ੍ਰੀਤੋ ਵਾਸਤੇ ਮੁੰਡਾ ਹੈਗਾ ਉਹਨਾਂ ਦੇ, ਹੋ ਸਕਦਾ ਇਹਨੂੰ ਵੀ ਤੇਰੇ ਨਾਲੇ ਤੋਰ ਦੀਏ। ਬਾਪੂ ਮੈਂ ਉੱਥੇ ਵਿਆਹ ਨਹੀਂ ਕਰਾਉਣਾ। ਉੱਥੇ ਨਹੀਂ ਵਿਆਹ ਕਰਾਉਣਾ, ਹੋਰ ਕਿੱਥੇ ਕਰਾਏਂਗੀ? ਉਹ ਤਾਂ ਮੈਂ ਤੇਰਾ ਬਾਪੂ ਹਾਂ, ਕੋਈ ਦੁਸ਼ਮਣ ਥੋੜ੍ਹੀ ਆ, ਤਾਂ ਮੈਂ ਤੇਰੇ ਵਾਸਤੇ ਵਧੀਆ ਰਿਸ਼ਤਾ ਦੇਖਿਆ। ਮਾਸਟਰ ਜੀ ਇਹ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਹੈ, ਇਹ ਤਾਂ ਉਹਦੇ ਨਾਲ ਕਰਾਉਣਾ ਪਿਆ। ਕੁੜੀਆਂ ਸਾਰਾ ਦਿਨ ਮਜ਼ਾਕ ਚੰਗੇ ਨਹੀਂ ਲੱਗਦੇ ਹੁੰਦੇ, ਹੁਣ ਤੂੰ ਨਿਆਣੀ ਨਹੀਂ ਹੈਗੀ। ਮਾਸਟਰ ਜੀ ਜੇ ਤੁਹਾਨੂੰ ਮੇਰੀ ਗੱਲ ਮਜ਼ਾਕ ਲੱਗਦੀ ਹੈ ਤਾਂ ਆਪਣੀ ਲਾਡਲੀ ਧੀ ਨੂੰ ਪੁੱਛੋ ਕਿ ਉਹ ਕਿਉਂ ਨਹੀਂ ਕਰਾਉਣਾ ਚਾਹੁੰਦੀ ਵਿਆਹ। ਹਾਂ ਬਾਪੂ ਪ੍ਰੀਤੋ ਸੱਚੀ ਕਹਿੰਦੀ ਹੈ, ਮੈਂ ਕਿਤੇ ਹੋਰ ਹੀ ਕਰਾਉਣਾ। ਨਿੰਮੋ ਇਹ ਕੀ ਕਹਿ ਰਹੀ ਹੈ ਤੂੰ, ਮੈਂ ਤੇਰਾ ਪਿਓ ਬਣ ਕੇ ਨਹੀਂ
ਤੈਨੂੰ ਤੇਰੀ ਮਾਂ ਬਣ ਕੇ ਤੈਨੂੰ ਪਾਲਿਆ, ਇਹ ਗੱਲ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਰਿਸ਼ਤਾ ਤੈਅ ਕਰਨ ਵੇਲੇ? ਬਾਪੂ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ। ਜੇ ਮੈਂ ਨਹੀਂ ਪੁੱਛਿਆ ਤੂੰ ਤਾਂ ਦੱਸ ਸਕਦੀ ਸੀ, ਹੁਣ ਤਾਂ ਤੈਨੂੰ ਉੱਥੇ ਕਰਾਉਣਾ ਪਊਗਾ ਰਿਸ਼ਤਾ। ਮੇਰੀ ਵੀ ਇੱਜ਼ਤ ਦਾ ਸਵਾਲ ਹੈ। ਬਾਪੂ ਉਹ ਮੈਨੂੰ ਬਹੁਤ ਪਿਆਰ ਕਰਦਾ, ਉਹ ਮਰ ਜੂਗਾ ਮੇਰੇ ਬਿਨਾਂ। ਅੱਛਾ ਬਲਿਹਾਰੇ ਦਾ ਹੀ ਮੁੰਡਾ ਨਾ ਉਹ ਰੰਗੀਲਾ ਜਿਹਦੀ ਤੂੰ ਗੱਲ ਕਰਦੀ ਆ? ਨਹੀਂ ਬਾਪੂ, ਰੰਗੀਲਾ ਤਾਂ ਮੈਨੂੰ ਭੈਣ ਕਹਿੰਦਾ, ਉਹ ਮੁੰਡਾ ਤਾਂ ਸਰਦਾਰ ਹੈ। ਸਰਦਾਰ? ਸਰਦਾਰ ਨਿੰਮੋ ਤੂੰ ਇਹ ਕੀ ਕਹਿ ਰਹੀ ਆ? ਬਾਪੂ ਮੈਂ ਉਹੀ ਬੋਲਨੀ ਆ ਜੋ ਸੱਚ ਹੈ। ਨਿੰਮੋ ਤੂੰ ਮੇਰੇ ਪਿਆਰ ਦਾ ਨਜਾਇਜ਼ ਫਾਇਦਾ ਚੱਕ ਰਹੀ ਆ, ਜੇ ਅੱਜ ਤੇਰੀ ਮਾਂ ਜਿਉਂਦੀ ਹੁੰਦੀ ਨਾ ਤੈਨੂੰ ਧਰਤੀ 'ਚ ਗੱਡ ਦੇਣਾ ਸੀ। ਬਾਪੂ ਮੈਂ ਮੰਨਦੀ ਆ ਮੈਂ ਗਲਤੀ ਕੀਤੀ ਹੈ। ਨਿੰਮੋ ਬਸ ਇੱਥੇ ਚੁੱਪ ਕਰ ਜਾ, ਤੂੰ ਇਹ ਗਲਤੀ ਮੁੜ ਕੇ ਨਾ ਦੁਹਰਾਈ। ਜਿੱਥੇ ਤੈਨੂੰ ਮੈਂ ਕਹਿ ਰਿਹਾ ਨਾ ਚੁੱਪ ਚਾਪ ਉੱਥੇ ਵਿਆਹ ਕਰਵਾ ਲਾ। ਠੀਕ ਹੈ ਬਾਪੂ, ਤੇਰਾ ਹੁਕਮ ਸਿਰ ਮੱਥੇ। ਨਿੰਮੋ ਤੂੰ ਮਾਸੜ ਨੂੰ ਤਾਂ ਹਾਂ ਕਰਤੀ, ਹੁਣ ਤੂੰ ਕਰਾ ਲਏਂਗੀ ਵਿਆਹ? ਬਾਪੂ ਦੀ ਇੱਜ਼ਤ ਲਈ ਉਸ ਮੁੰਡੇ ਨਾਲ ਕਰਾਉਂਗੀ ਤੇ ਆਪਣੇ ਪਿਆਰ ਲਈ ਮੌਤ ਨਾਲ। ਨਿੰਮੋ ਤੂੰ ਪਾਗਲ ਹੈ, ਤੂੰ ਕਿਉਂ ਜ਼ਿੰਦਗੀ ਖਰਾਬ ਕਰਨ ਨੂੰ ਫਿਰਦੀ ਹੈ? ਤੂੰ ਇੱਕ ਵਾਰੀ ਸਰਦਾਰ ਨੂੰ ਮਿਲ ਲੈ, ਮਿਲ ਕੇ ਕੋਈ ਹੱਲ ਕੱਢ ਲਿਓ, ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਸਰਦਾਰਾ ਮਾਸੜ ਜੀ ਤਾਂ ਨਿੰਮੋ ਦੇ ਨਾਲ ਨਾਲ ਮੈਨੂੰ ਵੀ ਤੋਰਨ ਨੂੰ ਫਿਰਦੇ ਨੇ। ਤੈਨੂੰ ਕਿਤੇ ਨਹੀਂ ਜਾਣਦਾ ਪ੍ਰੀਤੋ, ਮੈਂ ਤਾਂ ਧੱਕੇ ਨਾਲ ਲੈ ਜੂ, ਨਾਲੇ ਮੈਂ ਕਿਹੜਾ ਆਪਦੇ ਘਰੇ ਬੇਬੇ ਨੂੰ ਮਨਾਉਣਾਗਾ। ਕਿਉਂ ਤੇਰੀ ਬੇਬੇ ਨਹੀਂ ਹੈਗੀ? ਨਾ ਤਾਂ ਮੇਰੇ ਬੇਬੇ ਆ ਨਾ ਮੇਰੇ ਬਾਪੂ ਆ, ਮੈਂ ਤਾਂ ਇਕੱਲਾ ਹੀ ਆ, ਚਾਂਦੀ ਦੀ ਲਾਣੇਦਾਰੀ ਹੋ ਤੇਰੀ। ਸਰਦਾਰਾ ਮੈਨੂੰ ਤਾਂ ਨਿੰਮੋ ਦਾ ਫਿਕਰ ਲੱਗਿਆ, ਉਹਨਾਂ ਦਾ ਆਖਿਰ ਬਣੂਗਾ ਕੀ? ਉਹ ਯਾਰ ਉਹਨਾਂ ਦਾ ਤਾਂ ਨਹੀਂ ਮੈਨੂੰ ਪਤਾ ਵੀ ਕੀ ਬਣੂਗਾ, ਪਰ ਮੈਂ ਬਣੂਗਾ ਤੇਰਾ ਹਸਬੈਂਡ, ਤੂੰ ਬਣੇਗੀ ਮੇਰੀ ਵਾਈਫ। ਅੱਛਾ ਸਰਦਾਰਾ ਆ ਲੈ ਤੇਰੇ ਪੈਸੇ, ਮੈਂ ਉਸ ਦਿਨ ਉਹੀ ਲੈ ਲਈ ਸੀ ਤੇਥੋਂ। ਉਹ ਯਾਰ ਤੂੰ ਰੱਖ ਲਾ, ਮੈਂ ਤੈਨੂੰ ਸੂਟ ਲੈਣ ਵਾਸਤੇ ਤੇ ਵਧੀਆ ਵਧੀਆ ਨਵੇਂ ਸੂਟ ਸਵਾਲੀ ਇਹਦੇ। ਨਹੀਂ ਨਹੀਂ ਸਰਦਾਰਾ ਮੈਂ ਪੈਸੇ ਕੀ ਕਰਨੇ, ਤੂੰ ਮੈਨੂੰ ਸੂਟ ਸਵਾ ਦੀ ਬਸ। ਨਾ ਤਾਂ ਮੇਰੀ ਬੇਬੇ ਹੀ ਮੰਨਦੀ ਆ, ਨਾ ਤੇਰੇ ਬਾਪੂ ਉਹਨਾਂ ਨੇ ਮੰਨਣਾ, ਆਪਣੇ ਕੋਲ ਕੋਈ ਚਾਰਾ ਨਹੀਂ ਰਿਹਾ ਹੁਣ। ਸਰਦਾਰਾ ਮੈਂ ਫੈਸਲਾ ਲੈ ਚੁੱਕੀ ਹਾਂ, ਜਾਂ ਤਾਂ ਮੈਂ ਤੇਰੇ ਨਾਲ ਵਿਆਹ ਕਰਾਉਂਗੀ ਜਾਂ ਮੌਤ ਨਾਲ। ਯਾਰ ਆਪਾਂ ਨੂੰ ਮਿਲਾਇਆ ਵੀ ਕਿਸਮਤ ਨੇ, ਤਾਂ ਕਿਹੜੇ ਮੋੜ 'ਤੇ, ਇੱਕ ਪਾਸੇ ਖੂਹ ਆ ਦੂਜੇ ਪਾਸੇ ਖਾਈ ਆ। ਮੈਂ ਖੂਹ 'ਚ ਡਿੱਗਣ ਨੂੰ ਤਿਆਰ ਹਾਂ, ਤੂੰ ਦੱਸ ਹੈਗਾ ਮੇਰੇ ਪਿੱਛੇ? ਤੇਰਾ ਕੀ ਮਤਲਬ, ਆਪਾਂ ਹੁਣ ਖੁਦਕੁਸ਼ੀ ਕਰ ਲਈਏ? ਹੋਰ ਕੋਈ ਚਾਰਾ ਵੀ ਨਹੀਂ ਆਪਣੇ ਕੋਲ। ਤੈਨੂੰ ਕੀ ਲੱਗਦਾ ਮਰ ਕੇ ਮਿਲ ਜਾਂਗੇ ਆਪਾਂ? ਨਿੰਮੋ ਇੱਕ ਵਾਰੀ ਵਿਛੜੇ ਹੋਏ ਮੁੜ ਕੇ ਜ਼ਿੰਦਗੀ 'ਚ ਕਦੇ ਨਹੀਂ ਮਿਲਦੇ ਹੁੰਦੇ। ਅਤੇ ਤੂੰ ਦੱਸ ਕੀ ਕਰੀਏ, ਭੁੱਲ ਜੀ ਇੱਕ ਦੂਜੇ ਨੂੰ? ਤੇਰੀ ਹੈ ਕਮੀ ਜੋ ਮੈਂ ਰੋਤਾ ਹੂੰ।
ਵੇ ਬਿੱਟੂ ਮੈਂ ਸਵੇਰ ਦੀ ਲੱਭੀ ਜਾਂਦੀ ਆ ਕਿਤੇ ਹਰਭਜਨ ਨੇ ਦੇਖਿਆ ਬੇਬੇ ਮੈਨੂੰ ਤਾਂ ਆਪ ਨਹੀਂ ਮਿਲਿਆ ਉਹ ਮੈਨੂੰ ਤਾਂ ਲੱਗਦਾ ਉਹਨੇ ਕਾਂਡ ਕਰਤਾ ਵੇ ਕੀ ਕਾਂਡ ਕਰਤਾ ਬੇਬੇ ਤੇਰੇ ਮਿੰਤਾਂ ਦਾ ਕਰਦਾ ਸੀ ਵੀ ਮੰਨ ਜਾ ਵਿਆਹ ਲਈ ਮੰਨ ਜਾ ਤੂੰ ਕਿਹੜਾ ਮੰਨੀ ਆ ਮੈਨੂੰ ਤਾਂ ਲੱਗਦਾ ਭੱਜ ਗਿਆ ਉਹ ਨਿੰਮ ਨੂੰ ਲੈ ਕੇ ਫੇਰ ਉੱਡ ਜਾਣਿਓ ਮੇਰੀ ਬਣੀ ਬਣਾਈ ਮਿੱਟੀ 'ਚ ਮਿਲਿਆ ਤੀ ਕੀ ਕਹਿਣਗੇ ਲੋਕ ਤੁਹਾਨੂੰ ਥੂ ਥੂ ਕਰਨਗੇ ਇੱਕ ਤਾਂ ਸਾਲਾ ਲੋਕਾਂ ਦੇ ਫਿਕਰ ਨੇ ਮਾਰ ਲਿਆ ਬੇਬੇ ਹੁਣ ਸਾਂਭ ਲਾ ਲੋਕਾਂ ਦੇ ਫਿਕਰ ਨੂੰ ਉਹਦਾ ਲੈ ਕੇ ਭੱਜ ਗਿਆ ਨਿੰਮ ਨੂੰ ਬੇ ਤੇਰੀਆਂ ਸਕੀਮਾਂ ਦਿੱਤੀਆਂ ਹੋਈਆਂ ਨੇ ਤਾਂ ਹੀ ਲੈ ਕੇ ਭੱਜਿਆ ਉਹ ਮੇਰਾ ਪੁੱਤ ਕਾਹਨੂੰ ਸੀ ਇਹ ਜਿਹਾ ਆਹੋ ਉਹਨੂੰ ਕਾਹਨੂੰ ਪਤਾ ਉਹਦਾ ਦੁੱਧ ਚੁੰਘਦਾ ਜਵਾਕ ਆ ਤਾਂ ਹੀ ਤਾਂ ਲੈ ਕੇ ਭੱਜ ਗਿਆ ਨਿੰਮ ਨੂੰ ਉਹ ਬੂ ਕਿਤੇ ਸੱਚਿਓ ਤਾਂ ਨਹੀਂ ਲੈ ਕੇ ਭੱਜ ਗਿਆ ਮੈਂ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣੀ ਤੁਹਾਡੇ ਵਿੱਚੋਂ ਨਿੰਮੋ ਦਾ ਬਾਪ ਕੌਣ ਹੈ ਹਾਂਜੀ ਮੈਂ ਹੀ ਹਾਂ ਦੱਸੋ ਕੀ ਗੱਲ ਹੋ ਗਈ ਤੇਰੀ ਧੀ ਮੇਰੇ ਮੁੰਡੇ ਨੂੰ ਲੈ ਕੇ ਭੱਜ ਗਈ ਇਹਨਾਂ ਦਾ ਸੰਗਲ ਪਾ ਲਿਆ ਕਰੋ ਜੇ ਨਹੀਂ ਸਾਹਮੀਆਂ ਜਾਂਦੀਆਂ ਮਾਈ ਅਕਲ ਨਾਲ ਗੱਲ ਕਰ ਮੇਰੀ ਧੀ ਕੋਈ ਮੱਝਗਾ ਨਹੀਂ ਜਿਹੜੀ ਉਹਨੂੰ ਬੰਨ ਕੇ ਰੱਖਾਂ ਅੱਛਾ ਤੇਰੀ ਚਾਲ ਹੈ ਜਿਹੜੀ ਮਗਰ ਲਾਤੀ ਮੇਰੇ ਪੁੱਤ ਦੇ ਜ਼ਮੀਨ ਤੇ ਕਬਜ਼ਾ ਕਰਨ ਦੇ ਮਾਰੇ ਨੇ ਉਹ ਮਾਈ ਕਿਹੜੀ ਜ਼ਮੀਨ ਕਿਹੜਾ ਕਬਜ਼ਾ ਤੂੰ ਬੋਲੀ ਕੀ ਜਾਨੀ ਆ ਉਹ ਤਾਂ ਭੋਲਾ ਨਾ ਬਣ ਜਿਵੇਂ ਤੈਨੂੰ ਕੁਛ ਪਤਾ ਹੀ ਨਹੀਂ ਸੱਚੋ ਸੱਚ ਦੱਸ ਦੇ ਮੇਰਾ ਪੁੱਤ ਹੈ ਕਿੱਥੇ ਸਾਡੇ ਕਿਹੜਾ ਮਾਈ ਤੂੰ ਇੱਥੇ ਆਪਦੀ ਧੀ ਵਿਆਹ ਕੇ ਗਈ ਤੀ ਜਿਹੜਾ ਤੇਰਾ ਪੁੱਤ ਇੱਥੇ ਸੰਧਾਰਾ ਲੈ ਕੇ ਆਇਆ ਸੀ ਲੱਗਦੀ ਪੁੱਤ ਦੀ ਦੇ ਮੂੰਹ ਸੰਭਾਲ ਕੇ ਬੋਲ ਭੌਂਕਦਾ ਕੁੱਤੇ ਵਾਂਗੂ ਕਰਦੀਆਂ ਰਿਪੋਰਟ ਚੁਕਾਉਣੀ ਆ ਤੇਰਾ ਬੋਰੀ ਬਿਸਤਰਾ ਇੱਥੋਂ ਮਾਈ ਤੂੰ ਸਾਡਾ ਕੀ ਬੋਰੀ ਬਿਸਤਰਾ ਚੁਕਾਏਗੀ ਅਸੀਂ ਤਾਂ ਆਪੇ ਚੱਲਿਆ ਪਿੰਡ ਛੱਡ ਕੇ ਉਹ ਹੁਣ ਤਾਂ ਤੁਸੀਂ ਭੱਜੋਗੇ ਆ ਪਿੰਡ ਛੱਡ ਕੇ ਆਪਦੀ ਧੀ ਜੇ ਤੋਰਤੀ ਮੇਰੇ ਪੁੱਤ ਨਾਲ ਮਾਈ ਮੈਂ ਆਪਦੀ ਧੀ ਨੂੰ ਪੁੱਤਾਂ ਵਾਂਗੂ ਪਾਲਿਆ ਉਹਦੇ ਬਾਰੇ ਨਾ ਕੁਛ ਬੋਲਦੀ ਤੇਰੇ ਟੁਕੜੇ ਟੁਕੜੇ ਕਰ ਦੂੰ ਨਹੀਂ ਮੈਂ ਉਹ ਤੂੰ ਕਰੇ ਨਾ ਮਲੰਗ ਮੇਰੇ ਟੁਕੜੇ ਤੇਰੀਆਂ ਰਗਾਂ ਨਾ ਖਿੱਚ ਲੂੰ ਇਹ ਬੇਬੇ ਤੇ ਸਰਦਾਰ ਤੇ ਨਿੰਮੋ ਦੀਆਂ ਗੱਲਾਂ ਕਰ ਰਹੀ ਹੈ ਕਿਤੇ ਸਰਦਾਰ ਦੀ ਬੇਬੇ ਤਾਂ ਨਹੀਂ ਜਾ ਕੇ ਨਿੰਮੋ ਨੂੰ ਦੱਸਦੀ ਹਾਂ ਹਾਂ ਪ੍ਰੀਤੋ ਕੀ ਹੋਇਆ ਇੱਕ ਬੁੜੀ ਮਾਸੜ ਨਾਲ ਲੜ ਰਹੀ ਹੈ ਨਾਲੇ ਉਹ ਤੇਰੀਆਂ ਤੇ ਸਰਦਾਰ ਦੀਆਂ ਗੱਲਾਂ ਕਰ ਰਹੀ ਹੈ ਮੇਰੇ ਤੇ ਸਰਦਾਰ ਦੀ ਗੱਲਾਂ ਕਿਤੇ ਉਹ ਸਰਦਾਰ ਦੀ ਬੇਬੇ ਤਾਂ ਨਹੀਂ ਚੱਲ ਚੱਲ ਦੇਖੀਏ ਹਾਂ ਹਾਂ ਚੱਲ ਨਿੰਮੋ ਉਹ ਆ ਗਈ ਮੇਰੀ ਧੀ ਹੁਣ ਬੋਲ ਤੂੰ ਮੇਰੀ ਧੀ ਬਾਰੇ ਕੀ ਬੋਲਦੀ ਸੀ ਬੁੜੀਏ ਜਦੋਂ ਸਿੱਕਾ ਆਪਣਾ ਖੋਟਾ ਹੋਵੇ ਦੂਜਿਆਂ ਤੇ ਇਲਜ਼ਾਮ ਨਹੀਂ ਲਾਈ ਜਾਂਦਾ ਜਾ ਕਿਤੇ ਹੋਰ ਲੱਭ ਜਾ ਕੇ ਆਪਦੇ ਮੁੰਡੇ ਨੂੰ ਕੀ ਹੋਇਆ ਬੇਬੇ ਅੱਛਾ ਤੈਨੂੰ ਨਹੀਂ ਪਤਾ ਕੀ ਹੋਇਆ ਬੇਬੇ ਮੈਨੂੰ ਸੱਚੀ ਨਹੀਂ ਪਤਾ ਕੀ ਹੋਇਆ ਮੇਰਾ ਪੁੱਤ ਨਹੀਂ ਲੱਭ ਰਿਹਾ ਸਵੇਰ ਦਾ ਇਹ ਤੁਹਾਡੀ ਚਾਲ ਹੈ ਕੋਈ ਪਿਓਤੀ ਦੀ ਬਣਦੀ ਆ ਹੁਣ ਭੋਲੀ ਜੀ ਬੁੜੀ ਆਪਣੀ ਇੱਜ਼ਤ ਲੈ ਕੇ ਚਲੀ ਜਾ ਜੇ ਇੱਕ ਵੀ ਸ਼ਬਦ ਹੋਰ ਬੋਲਿਆ ਨਾ ਮੇਰੀ ਧੀ ਵਾਸਤੇ ਫਿਰ ਦੇਖ ਲਈ ਤੇਰਾ ਕੀ ਬਣੂਗਾ ਇੱਥੇ ਕੋਈ ਨਾ ਜੇ ਮੇਰਾ ਪੁੱਤ ਨਾ ਲੱਭਿਆ ਨਾ ਫਿਰ ਦੇਖਾ ਤੁਹਾਡਾ ਕੀ ਬਣੂਗਾ ਬਾਪੂ ਕਿਤੇ ਤੂੰ ਤਾਂ ਨਹੀਂ ਕੁਛ ਕਰਦਾ ਪੁੱਤ ਤੈਨੂੰ ਭਰੋਸਾ ਨਹੀਂ ਤੇਰੇ ਬਾਪ ਤੇ ਹੈਗਾ ਬਾਪੂ ਰੱਬ ਵਰਗਾ ਭਰੋਸਾ ਤੇਰੇ ਤੇ ਬਾਪੂ ਨੂੰ ਵੀ ਕੁਛ ਨਹੀਂ ਪਤਾ ਬੇਬੇ ਵੀ ਲੱਭਦੀ ਫਿਰਦੀ ਹੈ ਸਰਦਾਰ ਨੂੰ ਸਰਦਾਰ ਗਿਆ ਕਿੱਥੇ ਕਿਤੇ ਸਰਦਾਰ ਨੇ ਖੁਦਕੁਸ਼ੀ ਤਾਂ ਨਹੀਂ ਕਰ ਲਈ ਨਹੀਂ ਪ੍ਰੀਤੋ ਏਦਾਂ ਨਹੀਂ ਹੋ ਸਕਦਾ ਹਾਂਜੀ ਫਿਰ ਸਾਰਿਆਂ ਨੂੰ ਵੀਡੀਓ ਕਿਵੇਂ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਬੈਸਟ ਪਾਰਟ ਕਿਹੜਾ ਲੱਗਿਆ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ